ਫਾਜ਼ਿਲਕਾ 'ਚ ਸ਼ੂਗਰ ਮਿੱਲ ਮਾਲਕਾਂ ਖਿਲਾਫ਼ ਰੋਸ ਜ਼ਾਹਰ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰੀ ਸ਼ੂਗਰ ਮਿੱਲ ਨੇ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜੋ ਜਾਰੀ ਕੀਤੀ ਹੈ ਉਹ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਹਨਾਂ ਕਿਹਾ ਕਿ ਸਾਲ 2017-18 ਦਾ 35% ਬਕਾਇਆ ਹੈ, ਜਦਕਿ ਸ਼ੂਗਰ ਮਿੱਲ ਨੇ 0.78% ਰਾਸ਼ੀ ਜਾਰੀ ਕਰਕੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ। ਇਹ ਗੰਨੇ ਦੀ ਬਿਜਾਈ ਕਰਕੇ, ਇਹ ਖੁਸ਼ਹਾਲ ਗੰਨੇ ਸ਼ੂਗਰ ਮਿੱਲ ਕਰਕੇ ਇਹ ਏਰੀਆ ਖੁਸ਼ਹਾਲ ਹੋਇਆ, ਖਾਸ ਕਰਕੇ ਸਾਡਾ ਪਿੰਡ। ਪਰ ਅਸੀਂ ਜਦੋਂ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਸਾਨੂੰ ਬਹੁਤ ਤੰਗ ਕਰਦੀ ਹੈ, ਕਦੇ ਪਰਚੀ ਵਾਸਤੇ, ਕਦੇ ਪੇਮੈਂਟ ਵਾਸਤੇ। ਪਹਿਲਾਂ ਵੀ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ, ਉਦੋਂ ਵੀ ਸਾਡੇ ਪੈਸੇ ਐਵੇਂ ਕਦੇ 2 ਰੁਪਏ ਕੁਇੰਟਲ, ਕਦੇ 5 ਰੁਪਏ ਕੁਇੰਟਲ ਆਇਆ। ਹੁਣ ਵੀ ਸਾਡੇ ਨਾਲ ਇੱਕ ਭੱਦਾ ਜਿਹਾ ਮਜ਼ਾਕ ਕੀਤਾ ਗਿਆ। 31 ਜਨਵਰੀ ਨੂੰ ਜਿੰਨੀ ਟੋਟਲ ਪੇਮੈਂਟ ਰਹਿੰਦੀ ਸੀ ਉਹਦੇ 'ਚੋਂ 1.56% ਪੇਮੈਂਟ ਆਈ ਹੈ, ਔਰ 13 ਫਰਵਰੀ ਨੂੰ 0.78% ਪੇਮੈਂਟ ਆਈ ਹੈ। ਵੀ ਇਸ ਤੋਂ ਵੱਡਾ ਹੋਰ ਮਜ਼ਾਕ ਨਹੀਂ ਹੋ ਸਕਦਾ। ਕਿਸੇ ਜ਼ਮਾਨੇ 'ਚ ਇੱਕ ਬਹੁਤ ਅੱਛਾ ਨਾਰਾ ਦਿੱਤਾ ਗਿਆ ਸੀ, ਜੈ ਜਵਾਨ ਜੈ ਕਿਸਾਨ। ਅੱਜ ਜਵਾਨ ਦੁਸ਼ਮਣ ਦੇਸ਼ ਦੇ ਉਗਰਵਾਦੀ ਅਤੇ ਦੁਸ਼ਮਣ ਦੇਸ਼ ਮਾਰ ਰਿਹਾ, ਲੇਕਿਨ ਕਿਸਾਨ ਨੂੰ ਜਿਹੜੀ ਸਰਕਾਰਾਂ ਹੈਗੀਆਂ ਉਹ ਖੇਤ ਦੇ ਵਿੱਚ ਕਿਸਾਨ ਨੂੰ ਮਾਰ ਰਹੀ ਹੈ। ਪੇਮੈਂਟ ਨਹੀਂ ਮਿਲ ਰਹੀ ਸਮੇਂ ਸਿਰ ਜੀ, ਇੱਕ ਇੱਕ ਸਾਲ ਕੀ ਫਸਲ ਆਤੀ ਔਰ ਸਾਲ ਉੱਪਰ ਬੀਤ ਜਾਤਾ ਹੈ, ਲੇਕਿਨ ਪੇਮੈਂਟ ਨਹੀਂ ਆਤੀ ਜੀ। ਇਸ ਕਰਕੇ ਸਭ ਕਿਸਾਨ ਭਾਈ ਹੈ ਜੋ ਕਹਿ ਰਹੇ ਹੈ ਅਬਕੀ ਵਾਰ ਇਸ ਗੰਨੇ ਕੋ ਉਖਾੜ ਦੇਂਗੇ ਜੀ, ਔਰ ਇਸ ਕੋ ਲਾਗਣੇ ਮੇਂ ਲਾਗਤ ਬਹੁਤ ਆਤੀ ਹੈ, ਮਜ਼ਦੂਰ ਹੈ ਵੋ ਵੀ ਆਪਣੀ ਲੇਬਰ ਲੈ ਜਾਤਾ ਹੈ ਜੀ, ਔਰ ਲੇਕਿਨ ਕਿਸਾਨ ਹੈ ਉਸਕੋ ਕੁਛ ਨਹੀਂ ਬਚਤਾ, ਜੋ ਪ੍ਰੋਫਿਟ ਹੈ ਵੋ ਗੌਰਮੈਂਟ ਦੇਤੀ ਨਹੀਂ। ਅਬ ਵੀ 2-3 ਵਾਰ ਆਈ ਹਮੇਂ ਪੇਮੈਂਟ ਮਿਲੀ ਹੈ ਜੀ, ਮਤਲਬ ਕਭੀ 0.78 ਕਭੀ ਕੁਛ ਰੁਲਾ ਰੁਲਾ ਕੇ ਦੀਏ ਜੀ। ਇਸ ਵਜ੍ਹਾ ਸੇ ਸਭ ਕਿਸਾਨ ਭਾਈ ਦੁਖੀ ਹੈ, ਵੋ ਕਹਿ ਰਹੇ ਵੀ ਹਮ ਇਹ ਗੰਨਾ ਉਖਾੜ ਦੇਂਗੇ ਜੀ। ਪਿਛਲੇ ਸਾਲ ਹਮ ਲੋਗੋਂ ਨੇ ਗੰਨਾ ਕ੍ਰਸ਼ ਕੀਆ ਥਾ 17,28,780 ਕੁਇੰਟਲ, ਟੋਟਲ ਪੇਮੈਂਟ ਬਣਤੀ ਥੀ 5,351.31 ਲੈਕਸ। ਟੋਟਲ ਪੇਮੈਂਟ ਹਮਨੇ ਬਣਤਾ ਥਾ, ਬੈਲੈਂਸ ਕੀਆ ਹੁਆ ਹੈ 43,75.77 ਲੈਕਸ, ਬੈਲੈਂਸ ਪੇਮੈਂਟ ਬਚਾ ਹੁਆ 975.54 ਕੁਇੰਟਲ ਲੈਕਸ। ਇਸਕਾ ਜੋ ਗੌਰਮੈਂਟ ਸੇ ਹਮਕੋ ਬਫਰ ਸਟਾਕ ਕਾ ਜੋ ਕਲੇਮ ਮਿਲਾ ਹੁਆ ਇੰਟਰੈਸਟ, ਉਸਕੋ ਹਮ ਬਾਂਟ ਰਹੇ, ਸਭ ਪਰਸੈਂਟੇਜ ਹਿਸਾਬ ਸੇ ਬਾਂਟ ਦੀਏ ਸਭਕੋ, ਸਾਰੇ ਕਿਸਾਨਾਂ ਖਾਤੇ ਮੇਂ, ਜਿਸ ਕੀ ਵਜ੍ਹਾ ਸੇ ਮਹਿਸੂਸ ਕਮ ਹੋ ਰਿਹਾ ਉਨ ਲੋਗੋਂ ਵੀ ਖਾਤ ਕਮ ਗਿਆ ਹੈ। ਇਹ ਜਿਹੜੀ ਫਾਜ਼ਿਲਕਾ ਗੰਨਾ ਮਿੱਲ ਆਪਣੀ ਡਿਸਟ੍ਰਿਕਟ ਦੀ ਹੈ, ਇੱਥੇ ਇਹਨਾਂ ਨੇ ਜਿਹੜਾ ਲਗਭਗ ਕੋਈ 9 ਕਰੋੜ ਸਮਥਿੰਗ ਹੈ ਜਿਹੜੀ ਪੇਮੈਂਟ ਉਹ ਕਿਸਾਨਾਂ ਦੀ ਬਕਾਇਆ ਖੜੀ ਹੈ, ਜਿਹੜੀ ਇਹਨਾਂ ਨੇ ਪੇਮੈਂਟ ਖਾਤਿਆਂ ਦੇ ਵਿੱਚ ਭੇਜੀ ਹੈ, ਕਿਸੇ ਦਾ 2,000 1,900 ਇਹ ਇਹਨਾਂ ਨੇ ਭੇਜੀ ਹੈ। ਵੇਖੋ, ਇੱਕ ਕਿਸਾਨ ਹੈ ਜਿਹੜਾ ਉਹ 1 ਸਾਲ ਮਿਹਨਤ ਕਰਦਾ ਗੰਨੇ ਦੀ ਖੇਤੀ 'ਤੇ, ਤਾਂ ਉਹਨੂੰ ਆਸ ਹੁੰਦੀ ਹੈ ਕਿ ਮੈਂ ਕੋਈ ਪੈਸੇ ਲਊਂਗਾ। ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈਗਾ, ਸਰਕਾਰ ਨੇ ਬਿਲਕੁਲ ਹੀ ਇਹ ਨਿਕੰਮੀ ਸਰਕਾਰ।